ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬ ਦੇ ਇਸ ਵੇਲੇ ਦੀਆਂ ਖਬਰਾਂ। ਸਿੱਧਾ ਰੁੱਖ ਦਿੱਲੀ ਦੇ ਵੱਲ ਕਰਦੇ ਹਾਂ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਮੀਟਿੰਗ ਜਾ ਰਹੀ ਹੈ। ਮੀਟਿੰਗ ਦੇ ਵਿੱਚ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਰੱਖ ਰਹੇ ਨੇ ਅਤੇ ਸਰਕਾਰ ਆਪਣੀਆਂ ਗੱਲਾਂ ਕਰ ਰਹੀ ਹੈ। ਸੋ ਮੀਟਿੰਗ ਦੇ ਵਿੱਚ ਅਹਿਮ ਗੱਲਾਂ ਬਾਤਾਂ ਹੋਣ ਦੀ ਉਮੀਦ ਹੈ ਅਤੇ ਅੱਜ ਦੇ ਅਹਿਮ ਐਲਾਨ ਹੋ ਸਕਦੇ ਨੇ। ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਹੈ ਕਿ ਸਰਕਾਰ MSP ਦਾ ਕਾਨੂੰਨ ਬਣਾਉਣ ਦੀ ਪੇਸ਼ਕਸ਼ ਅੱਜ ਕਰ ਸਕਦੀ ਹੈ। ਸੋ ਅੱਜ ਦੀ ਇਹ ਵੱਡੀ ਖਬਰ ਹੋ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ। ਹਾਲਾਂਕਿ ਇਸ ਦੇ ਉੱਤੇ ਕੋਈ ਵੀ ਕਿਸੇ ਤਰ੍ਹਾਂ ਦੀ ਸਰਕਾਰੀ ਟਿੱਪਣੀ ਨਹੀਂ ਹੈ, ਪਰ ਸੂਤਰਾਂ ਦੇ ਮੁਤਾਬਿਕ ਅੱਜ ਦੀ ਮੀਟਿੰਗ ਦੇ ਵਿੱਚ MSP ਨੂੰ ਲੈ ਕੇ ਵੱਡਾ ਐਲਾਨ ਜ਼ਰੂਰ ਹੋ ਸਕਦਾ ਹੈ। ਸੋ ਕਿਸਾਨ ਜਥੇਬੰਦੀਆਂ ਦੇ ਆਗੂ ਕੁਝ ਸਮਾਂ ਪਹਿਲਾਂ ਹੀ ਮੀਟਿੰਗ ਦੇ ਵਿੱਚ ਪਹੁੰਚੇ ਨੇ। ਸੋ ਮੀਟਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਨਾਲ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਹੈ ਕਿ ਕੁਝ ਕਹਿ ਰਹੇ ਨੇ ਕਿਸਾਨ ਆਗੂ, ਆਓ ਸੁਣਦੇ ਹਾਂ। ਬਿਲਕੁਲ ਬਿਲਕੁਲ, ਕਿਉਂਕਿ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਆ, ਕਿਉਂਕਿ ਸਰਕਾਰ ਵੱਲੋਂ ਪੋਜ਼ਿਟਿਵ ਬਿਆਨ ਆਇਆ ਸੀ ਕਿ ਗੱਲ ਹੁਣ ਜਲਦੀ ਮੁੱਕ ਜਾਏਗੀ। ਜੇ ਜਲਦੀ ਮੁੱਕ ਜਾਏਗੀ ਤਾਂ ਆਸ਼ਾ ਲੈ ਕੇ ਆਏ ਕਿ ਸਾਰੇ ਖੇਤੀ ਕਾਨੂੰਨ ਰੱਦ ਕਰਕੇ ਅੱਜ ਇਹ ਕਿਸਾਨਾਂ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ 'ਚ ਭੇਜਣਗੇ ਔਰ ਜਲਦੀ ਸੇ ਉਨਕੇ ਸਭ ਘਰੋਂ ਮੇਂ ਸਭ ਜਾਏ। ਜੇ ਅੱਜ ਦੀ ਮੀਟਿੰਗ ਵੀ ਬੇਸਿੱਟਾਂ ਨਿਕਲਦੀ ਹੈ, ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਆ, ਦੇਸ਼ ਦੀ ਕਹਿੰਦੇ ਸਭ ਤੋਂ ਵੱਡੀ ਅਦਾਲਤ ਮੰਨਿਆ ਜਾਂਦਾ, ਉਸਦੀ ਸੁਣਵਾਈ ਨੂੰ ਕਿਸ ਤਰ੍ਹਾਂ ਦੇਖਦੇ? ਨਹੀਂ, ਅਸੀਂ ਅਜੇ ਅਦਾਲਤ ਗਏ ਨਹੀਂ, ਅਸੀਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੇ। ਅਸੀਂ ਸਨਮਾਨ ਕਰਦੇ ਹਾਂ ਸੁਪਰੀਮ ਕੋਰਟ ਦਾ, ਜਿਹੜੀ ਸਾਡੀ ਨਿਆਂਪਾਲਿਕਾ ਉਹਦਾ ਸਨਮਾਨ ਕਰਦੇ ਹਾਂ, ਪਰ ਅਸੀਂ ਹਾਲੇ ਤੱਕ ਗਏ ਨਹੀਂ ਸੀ। ਅਸੀਂ ਉਹਦੇ 'ਤੇ ਆਸ਼ਾ ਵਾਲੀ ਗੱਲ ਜਿਹੜੀ ਤਦ ਕਰਾਂਗੇ ਜੇ ਅਸੀਂ ਜਦੋਂ ਜਾਵਾਂਗੇ। ਦੇਖੋ, ਗੱਲ ਇਹ ਹੈ, ਸਿੱਟਾ ਕੱਢਣਾ ਜਾਂ ਨਾ ਕੱਢਣਾ ਤਾਂ ਸਰਕਾਰ 'ਤੇ ਡਿਪੈਂਡ ਕਰਦਾ ਹੈ, ਲੇਕਿਨ ਅਸੀਂ ਜਦੋਂ ਦੇ ਹੀ ਆਏ ਹਾਂ ਅਸੀਂ ਉਦੋਂ ਦੇ ਹੀ ਇੱਕ ਉਮੀਦ ਲੈ ਕੇ ਆਏ ਹਾਂ ਕਿ ਅਸੀਂ ਇਸ ਮਸਲੇ ਦਾ ਹੱਲ ਕਰਵਾਉਣਾ। ਸਰਕਾਰ ਕਦੋਂ ਸਿੱਟਾ ਕੱਢਦੀ ਹੈ ਸਰਕਾਰ 'ਤੇ ਡਿਪੈਂਡ ਕਰਦੀ ਹੈ ਗੱਲ। ਜਿਸ ਤਰ੍ਹਾਂ ਦਾ ਦੇ ਅੱਜ ਪਤਾ ਲੱਗਾ ਸਾਨੂੰ ਕਿ ਕੇਰਲਾ ਦੇ ਵਿੱਚ ਇਹਨਾਂ ਦੇ ਇੱਕ MLA ਨੇ ਕਿਸਾਨ ਅੰਦੋਲਨ ਨੂੰ ਜਾਇਜ਼ ਮੰਨਦਿਆਂ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਵੋਟ ਦਿੱਤੀ ਹੈ, ਕਿਸਾਨਾਂ ਦੇ ਨਾਲ ਖੜੇ ਨੇ। ਇਹ ਤੋਂ ਸਿੱਧ ਹੁੰਦਾ ਹੈ ਕਿ ਇਹ ਮਤਲਬ ਸਰਕਾਰ ਪਿੱਛੇ ਹਟੇਗੀ ਔਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ, ਔਰ ਅੱਜ ਨਹੀਂ ਤਾਂ ਕੱਲ੍ਹ ਮੰਨੇਗੀ, ਮੰਨਣੀਆਂ ਪੈਣਗੀਆਂ ਸਰ। ਕੋਈ ਉਮੀਦ ਨਹੀਂ ਹੈ, ਬਸ ਇੱਕ ਕਦਮ ਅੱਗੇ ਵਧੀ ਸੀ, ਇੱਕ ਕਦਮ ਅੱਗੇ ਔਰ ਵੱਧ ਸਕਤੀ ਹੈ ਮਾਮਲਾ ਨਿਪਟਾਣੇ ਦਾ। ਹੱਲ ਹੋਏਗਾ ਜਾਂ ਨਹੀਂ ਹੋਏਗਾ? ਨਹੀਂ, ਅੱਜ ਤੋਂ ਮੇਰੇ ਕੋਲ ਹੋਤਾ ਨਜ਼ਰ ਨਹੀਂ ਆ ਰਿਹਾ। ਲੇਕਿਨ ਬੀਜੇਪੀ ਕੇ ਨੇਤਾ ਕਹਿ ਰਹੇ ਹੈ ਕਿ ਆਜ ਨਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਪਰਮਾਤਮਾ ਕਰੇ ਐਸਾ ਹੋ ਕਿ ਜ਼ੁਬਾਨ ਫੜੇ, ਲੇਕਿਨ ਉਹ ਕਹਤੇ ਕੁਛ ਔਰ ਹੈ, ਕਰਤੇ ਕੁਛ ਔਰ ਹੈ, ਜ਼ੁਬਾਨ ਪੇ ਕੁਛ ਔਰ ਹੈ, ਅੰਦਰ ਕੁਛ ਔਰ ਹੈ, ਐਸੀ ਭਾਸ਼ਾ ਹੋ। ਲੇਕਿਨ ਪਿਛਲੀ ਜੋ ਬੈਠਕ ਹੋਈ ਥੀ ਉਸਮੇ ਕਹਾ ਗਿਆ ਥਾ ਆਪਕੀ ਤਰਫ ਸੇ ਕਿ ਕੋਈ ਅੱਛੀ ਗੱਲਬਾਤ ਹੋਈ ਹੈ ਆਜ, ਪਿਛਲੀ ਜੋ ਬੈਠਕ ਹੋਈ ਥੀ ਉਸਮੇ ਜਬ ਆਪ ਬੈਠਕ ਕੇ ਬਾਅਦ ਆਪ ਲੋਗ ਬਾਹਰ ਆਏ ਥੇ ਤੋ ਆਪਨੇ ਕਹਾ ਥਾ ਕਿ ਅੱਛੀ ਬਾਤਚੀਤ ਹੋਈ ਹੈ, ਦੋ ਬਿਲੋਂ ਪਰ ਸਹਿਮਤੀ ਹੋਈ। ਨਹੀਂ, ਅੱਛੀ ਬਾਤ ਹੋਈ, ਅੱਛੇ ਮਾਹੌਲ ਮੇਂ ਹੋਈ ਹੈ, ਮਾਹੌਲ ਤੋ ਆਜ ਵੀ ਅੱਛਾ ਰਹੇ ਜਗਾ, ਮਾਹੌਲ ਤੋ ਪਹਿਲੇ ਵੀ ਅੱਛਾ ਰਹਿਤਾ, ਮਾਹੌਲ ਤੋ ਕਭੀ ਝਗੜਾ। ਕਦੋਂ ਮੀਟਿੰਗ ਤੋ ਤੁਸੀਂ ਬਾਹਰ ਆਓਗੇ ਤੇ ਕਹੋਗੇ ਕਿ ਹਾਂ ਅੱਜ ਆਰ ਪਾਰ ਦੀ ਗੱਲ ਹੋਈ ਹੈ, ਅਗਲੀ ਮੀਟਿੰਗ ਦੀ ਗੱਲ ਨਹੀਂ ਹੋਏਗੀ? ਜਬ ਹਮਾਰੀ ਸਾਰੀ ਬਾਤ ਮਾਨੀ ਜਾਏਗੀ ਤੋ ਤਬ ਬੋਲ ਸਕਤੇ ਹੈ। ਹਮ ਕਿਸੀ ਕਾ ਅਧਿਕਾਰ ਨਹੀਂ ਛੀਨ ਰਹੇ, ਆਪਣੀ ਆਪਣਾ ਹੱਕ ਮੰਗ ਰਹੇ ਔਰ ਆਪਣਾ ਹੱਕ ਪੂਰਾ ਲੇਂਗੇ, ਆਪਣਾ ਹੱਕ ਅਧੂਰਾ ਨਹੀਂ ਲੇਂਗੇ। ਹਾਂ, ਲੱਗਦਾ ਮੈਨੂੰ ਉਹ ਕਹਿ ਰਹੇ ਨੇ ਅੱਛੀ ਗੱਲਬਾਤ ਨਿਕਲੇਗੀ, ਸਾਨੂੰ ਕੋਈ ਬਹੁਤੀ ਆਸ ਨਹੀਂ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਗੱਲਬਾਤ ਦੇ ਅੱਛੇ ਸਿੱਟਾ ਨਿਕਲੇ। ਪਰ ਸਰਕਾਰ ਜਿਸ ਕਿਸਮ ਦੀ ਜਿੱਦੀ ਸਰਕਾਰ ਹੈ, ਇਹਦੇ ਸਾਨੂੰ ਕੋਈ ਬਹੁਤਾ ਸਕੋਪ ਨਹੀਂ। ਲੇਕਿਨ ਦਰਸ਼ਨਪਾਲ ਜੀ, ਜਿਸ ਤਰੀਕੇ ਸੇ ਪਿਛਲੀ ਬੈਠਕ ਹੋਈ ਥੀ ਉਸਮੇ ਕਹਾ ਗਿਆ ਥਾ ਕਿ ਜੋ ਅੱਛੇ ਮਾਹੌਲ ਮੇਂ ਬੈਠਕ ਹੋਈ ਹੈ, ਅੱਛੇ ਮਾਹੌਲ ਮੇਂ ਆਜ ਵੀ ਹੋਗੀ। ਭਾਈ, ਇਤਨਾ ਪ੍ਰੈਸ਼ਰ ਹੈ ਅੰਦੋਲਨ ਕਾ, ਪੂਰੇ ਦੇਸ਼ ਵਿਦੇਸ਼ ਮੇਂ, ਪੂਰੇ ਇਸ ਦੁਨੀਆ ਮੇਂ ਅੰਦੋਲਨ ਫੈਲਾ ਹੁਆ ਹੈ, ਇਸਮੇਂ ਮਾਹੌਲ ਅੱਛਾ ਨਹੀਂ ਰਹੇਗਾ ਤਾਂ ਔਰ ਕਿਆ ਰਹੇਗਾ। ਲੇਕਿਨ ਦਰਸ਼ਨਪਾਲ ਜੀ, ਜਿਸ ਤਰੀਕੇ ਸੇ BJP ਕੇ ਨੇਤਾ ਕਹਿ ਰਹੇ ਹੈ ਕਿ ਜੋ ਆਜ ਬੈਠਕ ਹੈ ਇਸਮੇਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ, ਫਲ ਨਿਕਲਣਾ ਚਾਹੀਏ, ਯਹੀ ਤੋ ਹਮ ਚਾਹਤੇ ਹੈ। ਉਹ ਫਲ ਅਗਰ ਨਹੀਂ ਨਿਕਲਤਾ ਤੋ ਹਮ ਕਿਆ ਕਰੇ, ਉਹ ਤੋ ਸਰਕਾਰ ਕੀ ਜ਼ਿੰਮੇਦਾਰੀ ਹੈ, ਫਲ ਨਿਕਾਲੇ ਸਰਕਾਰ। ਹਮਨੇ ਪੂਰੀ ਦੇਸ਼ ਔਰ ਦੁਨੀਆ ਮੇਂ ਅੰਦੋਲਨ ਕਾ ਇੱਕ ਮਾਹੌਲ ਬਣਾ ਹੁਆ ਹੈ, ਵੋ ਅੰਦੋਲਨ ਚੱਲ ਰਹਾ ਹੈ, ਇਸ ਲਈ ਹਮਾਰਾ ਮਾਨਨਾ ਹੈ ਕਿ ਫਲ ਨਿਕਲਣਾ ਚਾਹੀਏ, ਦੈਟ ਵਟ ਵੀ ਵਾਂਟ ਫਰੋਮ ਦਾ ਗਵਰਨਮੈਂਟ। ਲੇਕਿਨ ਕੱਲ ਗੈਸ ਕੇ ਗੋਲੇ ਛੋੜੇ ਗਏ ਹੈ, ਵੋ ਗਲਤ ਕੀਆ ਸਰਕਾਰ ਨੇ, ਵੋ ਸੁਪਰੀਮ ਕੋਰਟ ਕੇ ਵੀ ਆਰਡਰ ਹੈ, ਵੋ ਸੁਪਰੀਮ ਕੋਰਟ ਨੇ ਬੋਲਾ ਹੈ ਕਿ ਇਹ ਲੋਕ ਆਪਣਾ ਡੈਮੋਕ੍ਰੇਟਿਕ ਰਾਈਟ ਮਨਾਨੇ ਕੇ ਲਿਏ ਆਏ ਹੈ, ਗਵਰਨਮੈਂਟ ਕੋ ਐਸਾ ਨਹੀਂ ਕਰਨਾ ਚਾਹੀਏ। ਯਹੀ ਰਹੇਗਾ, ਦੇਖੋ ਹਮੇ ਕਹੀਂ ਨਹੀਂ ਜਾਣਾ, ਇਸੇ ਦਿੱਲੀ ਕੋ ਛੋੜ ਕੇ ਕਹੀਂ ਕਿਸਾਨ ਨਹੀਂ ਜਾਏਗਾ। ਸਰ, ਗੰਗਾਨਗਰ ਸੇ ਵੀ ਤੋ ਕਿਸਾਨੋ ਯਾਨੀ ਕਿ ਇਹ ਇਸ਼ਾਰਾ ਹੈ ਕਿ ਸਰਕਾਰ ਕੋ ਛੋੜਨੀ ਪਾ। ਆ ਜਾਏਂਗੇ ਗੰਗਾਨਗਰ ਵਾਲੇ ਆਉਂਗੇ ਕਿਸਾਨ। ਬੀਤ ਰਸਤੇ ਮੇਂ ਆ ਰਹੇ ਥੇ ਉਨਕੋ ਰੋਕਾ ਗਿਆ। ਔਰ ਰੋਕ ਲੈਂਦੇ ਫਿਰ ਅੱਗੇ ਵੱਧ ਜਾਏਂਗੇ। ਠੀਕ ਹੈ ਜੀ, ਇਹ ਇਸ਼ਾਰਾ ਅਸਾਂ ਕਿਹਾ ਇਹ 17 ਸਾਲ ਤੱਕ ਰੋਕਾਂਗੇ ਇਹਨੇ।
आ जाएंगे। ये इशारा है कि सरकार को जुद छोड़नी पड़ेगी, जुद छोड़नी चाहिए, लेकिन वो कह रहे कि कानून और भाई नहीं, ये बताइए कि जो कानून नहीं रद्द कर सकते वो कह रहे हैं, और नहीं कर दे तो बताओ मेरे पे क्या इलाज है, नहीं कर दे तो भाई महीने 10 दिन में कर देंगे संशोधन के लिए क्यों नहीं, अरे नहीं संशोधन नहीं करेंगे, कानूनों को वापस लेने की बात हो या MSP को कानून बनाने की बात हो, जब भी इस मुद्दे पर बातचीत होती है तो बातचीत हो नहीं पाती है, नहीं हो पाती कह देती है आप, हाँ तो हो जाएगी और अगले फरवरी में कर लेंगे। उधर वख-वख किसान जथेबंदियां दे आगू अज दी मीटिंग दे विच हाजर ने, जिन्हां दे वल्लों सरकार दे नाल गलबात कीती जाणी है, आगूआं दा इस मौके दे उत्ते की कुछ कहना तुसी खुद सुनिया है, ते दस दईए कि किसान लगातार अपनियां मंगां दे उत्ते डटे हुए ने। उधर भाजपा आगूआं दा कहना है कि अज दी मीटिंग दे विचों कोई हल जरूर निकलूगा। भाजपा दे आगू सुरजीत कुमार जियाणी दा भी बयान सुन लैने आ। नहीं गल अच्छी क्यों नहीं होएगी, पिछली मीटिंग दे विच बड़ा कुछ अच्छा होया सीगा, पिछली मीटिंग सारे जथेबंदियों ने कहे सी चार जड़े बिंदु चार पॉइंट चार जड़ी मंग सी दो पूरी होगी, दो हुण और पूरी होनी है, ये बाद जी और डिस्कशन गल उत्थे होनी है, किसान दे हित विच होनी है तो सारी पूरी होगी, कोई अजी गल नहीं है कि अज फैसला ना होए, क्योंकि फैसले का पता इसे करके लगता है कि माहौल मीटिंग का अच्छा चल रहा है। देखो जो उन्होंने एक गल कही है तो उन्होंने पूछने वाला भी इस तो ज़्यादा तेज़ की होएगा, अज अगर डेढ़ महीने तो सड़कों तो किसान इतने बैठा है, लखों की तादाद पर बैठा है और पूरे पंजाब दे विच झंडा जिहड़ा है किसान यूनियन का लहरा रहा है, तो इस ज़्यादा तो प्रेसर मैनू तो लगता नहीं कोई होएगा, हुण अगे जे ज़्यादा करनगे तो उहदे विच मैनू लगता कि प्रेसर बढ़ेगा, प्रेसर घटे पावें, जे अगर समझदार है अगर समझदारी नाल कम लेंदे तो इन्ना प्रेसर बहुत है और इस प्रेसर नाल किसान का भला करा लिता जाए और सरकार किसान का हित चाहती है और अज फैसला हो जाए और किसान की जिहड़ी इन्हां दी डिमांड सी किसान नूं जिहड़ी चीज़ लॉस कर रही है नुकसान कर रही है उन्हें पूरा करा के और किसान नूं जिहड़ा फायदा करने वाली चीज़ इहदे विच पा लिती जाए। बिल्कुल हल निकलेगा, बातचीत से ही हल निकलते हैं और जब पंचायत करते हैं जब खुले मन से बैठते हैं तो उसका हल निकलेगा ही निकलेगा, हर हालत में निकलना है और हम भी पॉजिटिव हैं, सरकार इसका हल निकालना चाहती है, किस लिए निकालना चाहती है, वो जो लोग सड़कों पे बैठे हैं बच्चे महिलाएं बुज़ुर्ग जो इनोसेंट हैं जिनको कुछ नहीं इन चीज़ों से लेना है, वो किसान हित में आके बैठ गए तो किसान हित में सरकार सब कुछ ही करने को तैयार है, उनके लिए ही करने को तैयार है, बाकी ये नहीं कि जो ये जो जोगिंदर यादव कह रहा है या दूसरा कह रहा है ये तो इसको दिशा गलत दे रहे हैं। अब मैं समझता हूं कि सही दिशा रख के किसान लीडर्स को भी सुहिर्द होना चाहिए, सरकार के साथ बैठ के आज ये निपटा देना चाहिए, सरकार निपटाना चाह रही है। उधर तस्वीरां सिंघू बॉर्डर दियां वखावांगे, एक पासे सरकार नूं अपनियां मंगां मनाउण दे लई किसान लगातार बैठकां कर रहे ने, उधर दूजे पासे सरकार ते किसानां विचाले मीटिंगां दे दौर ते दरमियान मींह अते तेज ठंडियां हवावां दे विच किसान सिंघू बॉर्डर दे उत्ते डटे हुए ने। दिल्ली के वख-वख बॉर्डरां दे उत्तों किसान लगातार अपनियां मंगां नूं लै के अंदोलन कर रहे ने, इस अंदोलन के दरमियान किसानां दा एक वखरा रूप वेखण नूं मिलिया जिथे किसान इस मौके दे उत्ते कबड्डी मैच वेखते नजर आए ने। जी हाँ, कई टीमां दे वल्लों मिल के किसानां दे लई उत्थे कबड्डी मैच का आयोजन किया गया, जिस मौके दे उत्ते खिडारना दे वल्लों कबड्डी दे फसवें मुकाबलियां दे नाल किसानां नूं कबड्डी दे बल दुबारा उत्साहित किया गया। उधर यूपी तो दिल्ली के वल भी किसान लगातार वध रहे ने, पर दिल्ली पहुंचण तो पहला ही यूपी दे विच ही किसानां नूं रोक लिया गया, रोकण दे लई पुलिस बल तैनात किया गया सी, जिस पुलिस बल दे वल्लों इन्हां नूं रोकिया गया, उधर किसानां ने मांग की है कि जेकर सानू रोकना है तो सानू जेल दे विच भेज दिओ। उन्होंने दो डिमांडा ने जो सरकार दे ते प्रशासन दे मूहरे रख दित्तियां, उन्हां दा कहना सी कि जां तां सानू रेल च बैठ के जा लैण दिओ जां फिर जेल दे विच बिठा दिओ। की कुछ कह रहे ने किसान आगू वी सुणाउंदे आ। या तो मेरे तीनों काले कानून को आप वापस करवा दो, या तो आप हमें दिल्ली जाने दो, या तो MSP की गारंटी करवा दो, या तो मुझे दिल्ली जाने दो, इसके पहले हमारी कोई बात नहीं बनने वाली है। इसी बात पे मैं हम लोग यहाँ बैठे हुए हैं, अगली रणनीति बनाएंगे, जो भी रणनीति बनती है उस पे काम किया जाएगा। ये किसान आंदोलन में नई दिल्ली जाना चाह रहे थे और सब बूढ़े लोग हैं, बूढ़े किसान हैं, सम्मानित हैं, परेशान होंगे, इसलिए इनको समझा बुझा के रोका जा रहा है कि ना जाएं, नहीं तो उनको परेशानी होगी। ये सम्मानित लोगों को अनुरोध के साथ रोका जा रहा है जिससे कि उनको परेशानी ना हो। सर, जिला अध्यक्ष का कहना है कि या तो हमको रेल में जाने दिया जाए या तो जेल में डाल दिया जाए, ऐसे में आप क्या करेंगे? अब इनको ले जा करके हम लोग चाय पानी कराएंगे और चाय पानी घरों से भेजेंगे। क्या लग रहा है, ये आपकी बात मानेंगे? हाँ, जब हम लोग प्रयासरत हैं, सम्मानित लोग हैं, हमारे किसान हैं, हमारे अन्नदाता हैं और देश के भाग्य विधाता हैं, हम कहेंगे, हमारी बात मानेंगे।
ਘਰੇਲੂ ਰਸੋਈ ਦੇ ਉੱਤੇ ਹੁਣ ਇੱਕ ਵਾਰ ਫਿਰ ਤੋਂ ਪਿਆਜ਼ ਦੇ ਵਾਧੇ ਭਾਅ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਜੀ ਹਾਂ, ਦਿੱਲੀ ਦੀ ਆਜ਼ਾਦਪੁਰ ਸਬਜ਼ੀ ਮੰਡੀ ਦੇ ਵਿੱਚੋਂ ਪਿਆਜ਼ ਦੇ ਰੇਟ ਵਧਣ ਦੇ ਕਿਆਸ ਸ਼ੁਰੂ ਹੋ ਚੁੱਕੇ ਨੇ। ਆਜ਼ਾਦਪੁਰ ਮੰਡੀ ਦੇ ਵਿੱਚ ਲਗਾਤਾਰ ਵੱਧ ਰਹੇ ਪਿਆਜ਼ਾਂ ਦੇ ਭਾਅ ਨੂੰ ਲੈ ਕੇ ਉੱਥੋਂ ਦੇ ਵਪਾਰੀਆਂ ਦਾ ਕੀ ਕੁਛ ਕਹਿਣਾ ਅਤੇ ਕੀ ਕਾਰਨ ਹੈ ਪਿਆਜ਼ ਦਾ ਰੇਟ ਵਧਣ ਦੇ ਪਿੱਛੋਂ ਵੀ ਸੁਣਦੇ ਹਾਂ। प्याज का दाम क्या हुआ है जी, अभी सेंट्रल गवर्नमेंट ने एक्सपोर्ट ओपन करा है क्योंकि बहुत ज़्यादा डाउन चला गया था। अच्छा। 10 रुपये किलो तक आ गया था, तो हमारे किसान भाइयों की लागत भी पूरी नहीं हो रही थी, तो इस कारण उन्होंने इसका संज्ञान लेते हुए इसका एक्सपोर्ट चालू करा है, जिससे थोड़ा सा एक्सपोर्ट चालू होने से 4 से 5 रुपये किलो की बढ़ोतरी है। एवरेज माल 15 रुपये किलो तक रहे और बढ़िया माल हमारे 20 से लेकर 25 रुपये किलो तक रहे। क्या लग रहा है ये कब तक जो है दाम इस तरीके से ही बढ़ता है? भाव क्या है कि थोड़ा सा अब क्वांटिटी भी कम आ रही है, माल कम आ रहे हैं मंडियों में क्योंकि माल ख़त्म भी हो रहे हैं और नई फसल आने में अभी 15 दिन का टाइम है। अच्छा। तो इसीलिए थोड़ा सा भाव और 5 रुपये का तेज़ी आ सकता है बाज़ार के अंदर। अब इस समय क्या भाव चल रहा है और कितनी जो है तेज़ी आ सकती है? अभी जो भाव चल रहा है, जो एक अगर हम मॉडल प्राइस लें तो 15 से लेकर 25 रुपये किलो का भाव चल रहा है और 5 रुपये किलो की और आने वाले हफ्ते में तेज़ी आ सकती है जी। 20 से 30 रुपये तक के बीच में, 20 से 30 रुपये की एवरेज आप लेके चलिए, और ये थोड़ा सा किसान भाइयों के लिए भी अच्छा है, केंद्र सरकार के लिए भी अच्छा है क्योंकि जो किसान हमारे लिए 3 दिन की हमारे लिए मतलब 3 टाइम की रोटी प्रोवाइड कर रहा है, उसको भी थोड़ा बहुत मिलना चाहिए। लागत इस वक्त उनकी पूरी हो रही है। उधर कांग्रेस के सीनियर राज्यसभा आगू हुड्डा के वल्लों भी भाजपा सरकार के उत्ते तंज कसिया गया। उन्होंने कहना है कि भाजपा को किसानों की लगातार मुश्किलों को देखते हुए इन खेती कानूनों को वापस लेना चाहिए। मैं सरकार से हाथ जोड़कर आज विनती करता हूँ कि किसानियत नहीं तो इंसानियत के नाते किसान की पीड़ा समझे और आज समाधान दे। जिस तरीके से लाखों किसान दिल्ली के सीमाओं पर डटे हुए हैं इतनी कड़ाके की सर्दी में, हर रोज संख्या बल बढ़ रहा है, देश के किसान के हर वर्ग की भावनाएं इस आंदोलन से जुड़ रही है और हर रोज किसान अपनी जान कुर्बान कर रहा है, डेड बॉडीज हरियाणा पंजाब के गांव में, कल भी 3 गांव के अंदर, हरियाणा के अंदर जिला रोहतक के हिमायूपुर में, जिला सोनीपत गंगाना गाँव में और जिला जींद के इटल कला गाँव में कल 3 डेड बॉडीज वापिस आई। तो परिस्थिति जो है, सरकार सारी परिस्थिति को समझे, परिस्थिति गंभीरता को समझे सरकार, और राजधर्म निभाए, अपनी प्रजा की बात माने, हट धर्मिता और राजहट छोड़े। पंजाब इस पीड़ित विच फिलहाल के लिए नहीं, फिर मुड़ हाजिर होने नवी ताज़ा अपडेट्स के साथ। तद तक लिए मैनू दी इजाजत, बहुत बहुत धन्यवाद।